इसी कार्रवाई की असं निंदा करते हैं क्योंकि जिस दिन ये कार्रवाई की गई उस दिन सानू अलॉटमेंट का कागज दिता गया नाले सानू ऐदा कैदी बनाया था जिदा अंदर बूढ़े बुजुर्ग रोगी वगैरह नहीं रेंदे जिदा आतंकवादी रेंदे है दिखा रहा है वो एक बुजुर्ग बैठे से उन्होंने दोनों लत्तां नहीं दोनों हाथ नहीं मैं हैरान है कि वह बुजुर्ग कित्थे जाणगे सानू थोड़ा बहुत इंसानियत नूं मुख रख के भी इन्हां लोकां दे बारे कि एस डी एम की मौजूदगी विच उत्थे पुलिस वालिया ने लेडीज़ बच्चे बुजुर्ग सारे ने कुटिया इत्थे तक कि जेंट्स पुलिस ने लेडीज़ उपर हाथ चुकिया है वह कित्थे सही है हाँ जी कोई सहारा नहीं है दोहे लत्तां तो आवाजार ने दोहे इन्हां दी बाहां ने बोल सकते हो बुजुर्गो कहर साईं दा कहर साईं दा इहो जिहे गवर्नमेंटां आईआं जां सरकारां ते भी सानूं अज अफसोस प्रगट हो रहा है बुजुर्ग ने ना इन्हां दीआं लत्तां ने ना दो बाहां ने एवन पंजाबी निडर निरपक्ष नवी सोच मैं तुहाडा दो सोम सहोता तां लैके हाज़र हां करंट इशू लई चलदे हां ज़िला रोपड़ दे नंगल तो वड्डी खबर आ रही है कि एक राम कुष्ट आश्रम है जिथे कि बेसहारा लोग जिन्हां दे पूरी तरह अंग पैर नहीं है उत्थे लोग वसदे ने रोज़मर्रा की जिंदगी च मंग के ल्याउंदे ने ते अपने बच्चों का पेट पालदे ने लेकिन अज प्रशासन वालों उन्हां दी रहायश जिथे बनी हुई सी उस दे उपर पीड़ा पंजा चला के उसनों ढह ढेरी कर दिता है लोगों ने तो यह भी पुलिस और उन्हां दे उपर इल्ज़ाम लाए ने कि इन्हां लोगों ने उन्हां बेसहारा लोगों के नाल कुटमार भी की है इस संबंधी पूरी जानकारी देने वास्ते मेरे नाल रोपड़ तो जुड़ चुके ने जी हरविंदर सिंह जी उन्हां तो अपडेट लेने आ हरविंदर जी की अपडेट है इस खबर नूं लैके यह रोपड़ अपना नंगल दे विच है सिटी है रोपड़ दा जिथे भाखड़ा डैम है अपना जी 30-40 साल पुराना राम कुष्ट आश्रम है जिहदे विच बेसहारा लोग जिन्हां दे किसी दे हाथ पैर नहीं चल रहे जां आवाजार ने जिंदगी तो किसी दी लत्त नहीं किसी दी बाह नहीं जी ਤੇ ਉਹ ਲੋਕ ਉੱਥੇ ਵਸਦੇ ਨੇ ਕੁਛ ਮੰਗ ਕੇ ਲਿਆਉਂਦੇ ਨੇ ਕੁਛ ਮਾੜਾ ਮੋਟਾ ਆਪਣਾ ਕੰਮ ਕਾਰ ਕਰਦੇ ਨੇ ਤੇ ਕੱਲ ਪ੍ਰਸ਼ਾਸਨ ਵੱਲੋਂ ਉਹ ਲੋਕ ਕਹਿ ਰਹੇ ਨੇ ਵੀ ਬਿਨਾਂ ਕੋਈ ਸਾਨੂੰ ਸੂਚਨਾ ਦਿੱਤੇ ਪੁਲਿਸ ਨੇ ਆ ਕੇ ਗੇਟ ਬੰਦ ਕਰ ਦਿੱਤੇ ਨੇ ਐਸ ਡੀ ਐਮ ਸਾਹਿਬ ਸਾਡੇ ਨਾਲ ਆਏ ਨੇ ਸਾਨੂੰ ਬੇਤਹਾਸ਼ਾ ਕੁੱਟਿਆ ਉਹਨਾਂ ਨੇ ਉਹ ਆਪਣੇ ਜ਼ਖਮ ਵੀ ਦਿਖਾ ਰਹੇ ਸੀ ਆਪਾਂ ਨੇ ਦਿਖਾਏ ਆਪਾਂ ਨੇ ਵੀਡੀਓ ਦੇ ਵਿੱਚ ਤੇ ਸਾਡੀਆਂ ਲੱਤਾਂ ਕੁੱਟੀਆਂ ਨੇ ਇਹ ਕੀਤਾ ਹੈ ਜੀ ਤੇ ਉਹ ਲੋਕ ਹੁਣ ਖੁੱਲੇ ਸਮਾਨ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਨਾ ਆਪਾਂ ਨੇ ਦੇਖਿਆ ਉੱਥੇ ਮੈਂ ਜੋ ਆਪਣੀ ਜਜਮੈਂਟ ਕੀਤੀ ਹੈ ਟੀਮ ਵੱਲੋਂ ਨਾ ਉਹਨਾਂ ਦੇ ਕੋਈ ਖਾਣਾ ਸੀ ਕੋਲ ਤੇ ਨਾ ਉਹਨਾਂ ਦੇ ਕੋਲ ਕੋਈ ਪਾਣੀ ਦਾ ਸਾਧਨ ਸੀ ਨਾ ਕੁਛ ਇਸ ਤਰ੍ਹਾਂ ਸੀ ਉਹ ਖੁੱਲੇ ਸਮਾਨ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਪਰੇਸ਼ਾਨ ਜੇ ਸਾਨੂੰ ਅੱਜ ਨਜ਼ਰ ਆਏ ਨੇ ਜੋ ਹਰਿੰਦਰ ਜੀ ਇਹ ਕਿਵੇਂ ਹੋ ਸਕਦਾ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਕੋਈ ਦੱਸਿਆ ਨਹੀਂ ਔਰ ਬਿਨਾਂ ਦੱਸੇ ਤੋਂ ਢਹਿ ਢੇਰੀ ਕਰ ਦਿੱਤਾ ਔਰ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਮਤਲਬ ਇਹ ਕਿਸ ਤਰ੍ਹਾਂ ਮਤਲਬ ਮੈਡਮ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹਾਂਜੀ ਮੇਰੀ ਐਸ ਡੀ ਐਮ ਸਾਹਿਬ ਨਾਲ ਗੱਲ ਹੋਈ ਹੈ ਬਹੁਤ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਕਿਉਂਕਿ ਮੌਕੇ ਦੇ ਅਫਸਰ ਹੋਈ ਸੀ ਜਦੋਂ ਕਾਰਵਾਈ ਹੋਈ ਹੈ ਜੀ ਤੇ ਉਹ ਕਹਿ ਰਹੇ ਨੇ ਉਹਨਾਂ ਵੱਲੋਂ ਜੋ ਸਾਨੂੰ ਦੱਸਿਆ ਗਿਆ ਹੈ ਉਹ ਕਹਿ ਰਹੇ ਨੇ ਵੀ ਅਸੀਂ ਇਹਨਾਂ ਨੂੰ ਨੋਟਿਸ ਦਿੱਤਾ ਸੀ ਕੁਛ ਦਿਨ ਪਹਿਲਾਂ ਇਹ ਨੋਟਿਸ ਦੇ ਲੈਣ ਦੇ ਬਾਵਜੂਦ ਵੀ ਉੱਥੋਂ ਹਿੱਲੇ ਨਹੀਂ ਹੈਗੇ ਉੱਥੋਂ ਉੱਠੇ ਨਹੀਂ ਹੈਗੇ ਤੇ ਫਿਰ ਅਸੀਂ ਕਾਰਵਾਈ ਕੀਤੀ ਹੈ ਪਰ ਉਹ ਲੋਕ ਕਹਿ ਰਹੇ ਨੇ ਵੀ 7 ਵਜੇ ਇਸ ਤਰ੍ਹਾਂ ਪੁਲਿਸ ਆਈ ਇਸ ਤਰ੍ਹਾਂ ਸਾਡੇ ਨਾਲ ਅਚਾਨਕ ਕੀਤਾ ਹੈ ਬਾਹਰੋਂ ਗੇਟ ਲਾ ਲਏ ਨੇ ਲੇਕਿਨ ਹਰਵਿੰਦਰ ਜੀ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਹੈ ਕਿ ਇਹਨਾਂ ਦੀ ਕੋਈ ਰਹਿਸ਼ ਦਾ ਪ੍ਰਬੰਧ ਕੀਤਾ ਗਿਆ ਸੀ ਪਹਿਲਾਂ ਜਾਂ ਨਹੀਂ ਹਾਲਾਂਕਿ ਪ੍ਰਸ਼ਾਸਨ ਦੀ ਡਿਊਟੀ ਵੀ ਬਣਦੀ ਹੈ ਆਪਣੀ ਜ਼ਿਲ੍ਹੇ ਦੀ ਰੱਖਿਆ ਕਰਨਾ ਗਰੀਬ ਲੋਕਾਂ ਦੇ ਨਾਲ ਖੜੇ ਹੋਣਾ ਕੋਈ ਇਹਨਾਂ ਨੂੰ ਮਕਾਨ ਢਹਿ ਢੇਰੀ ਕਰਨ ਤੋਂ ਪਹਿਲਾਂ ਇਹਨਾਂ ਲਈ ਕੁਝ ਬਣਾਇਆ ਗਿਆ ਸੀ ਜਾਂ ਨਹੀਂ ਸੀ ਨਹੀਂ ਜੀ ਨਹੀਂ ਸੀ ਕਿਉਂਕਿ ਜੋ ਵੀ ਅਸੀਂ ਅੱਜ ਵੀਡੀਓ ਵਿੱਚ ਮੇਰੀ ਟੀਮ ਉੱਥੇ ਗਈ ਹੈ ਮੈਂ ਖੁਦ ਗਿਆ ਉੱਥੇ ਜੀ ਜੋ ਵੀ ਅਸੀਂ ਦੇਖਿਆ ਹੈ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਹੱਥ ਵੀ ਨੇ ਪੈਰ ਵੀ ਨੇ ਦੇਖ ਰਹੇ ਨੇ ਉਹ ਲੋਕ ਇਸ ਤਰ੍ਹਾਂ ਵੀ ਉਹ ਰੋ ਵੀ ਨਹੀਂ ਸਕਦੇ ਰੋਣ ਦਾ ਵੀ ਉਹਨਾਂ ਨੂੰ ਇਹ ਨਹੀਂ ਵੀ ਅੰਦਰੋਂ ਆਵਾਜ਼ ਵੀ ਨਹੀਂ ਕਰ ਸਕਦੇ ਤੇ ਮੈਂ ਦੇਖਿਆ ਉੱਥੇ ਕੋਈ ਮਕਾਨ ਦਾ ਉਹਨਾਂ ਨੇ ਅਰੈਸਟਮੈਂਟ ਕੀਤਾ ਨਹੀਂ ਸੀ ਕੋਈ ਉਹਨਾਂ ਨੇ ਪ੍ਰਬੰਧ ਨਹੀਂ ਸੀ ਕੀਤਾ ਉਹਨਾਂ ਨੂੰ ਮਕਾਨ ਜਦੋਂ ਉਹਨਾਂ ਤੇ ਪੰਜਾ ਹੁਣ ਵੀ ਚੱਲ ਰਿਹਾ ਸੀ ਉਹਨਾਂ ਤੋਂ ਬਾਅਦ ਉਹਨਾਂ ਨੂੰ ਇੱਕ ਸਕੂਲ ਦੇ ਵਿੱਚ ਜਿੱਥੋਂ ਤੱਕ ਅਸੀਂ ਨੋਟ ਕੀਤਾ ਜਾਂ ਵੀਡੀਓ ਬਣਾਈ ਹੈ ਉਹ ਇੱਕ ਸਕੂਲ ਦੇ ਵਿੱਚ ਬੈਠੇ ਨੇ ਲੋਕ ਤੇ ਉਹਨਾਂ ਦੇ ਖਾਣੇ ਪਾਣੇ ਦਾ ਕੋਈ ਉੱਥੇ ਪਾਣੀ ਵਗੈਰਾ ਦਾ ਪ੍ਰਬੰਧ ਸਾਨੂੰ ਨਜ਼ਰ ਨਹੀਂ ਆਇਆ ਹਰਵਿੰਦਰ ਜੀ ਕਿਸੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ ਮੇਰੀ ਜਿਹੜੇ ਆਪਣੇ ਮੰਦਿਰ ਦੇ ਪ੍ਰਧਾਨ ਸੀ ਸੁਰੇਨ ਜੀ ਉਹਨਾਂ ਦੇ ਨਾਲ ਗੱਲ ਹੋਈ ਹੈ ਹੋਰ ਵੀ ਜਿਹੜੇ ਮੰਦਿਰ ਦੇ
ਦੋ ਬੰਦੇ ਸੀ ਉੱਥੇ ਮੋਤਬਰ ਸੀ ਤੇ ਕਾਫੀ ਲੋਕ ਸੀ ਉੱਥੇ ਜਿਹੜੇ ਆਵਾਜਾਰ ਹੋਏ ਨੇ। ਕਈ ਲੋਕਾਂ ਦੇ ਉੱਥੇ ਸੱਟਾਂ ਵੱਜੀਆਂ ਨੇ, ਉਹ ਆਪਣੀਆਂ ਸੱਟਾਂ ਵੀ ਦਿਖਾ ਰਹੇ ਸੀ, ਮੇਰੇ ਇਹ ਮਾਰੀ ਇੱਕ ਰੱਖ ਦੱਸ ਰਹੇ ਸੀ, ਕੁਛ ਲੋਕ ਮੇਰੀ ਹੱਡੀ ਹੈ। ਇੱਕ ਬਹੁਤ ਹੀ ਲਾਚਾਰ ਜੀ ਔਰਤ ਹੈ, ਲਖਵਾ ਮਾਰਿਆ ਹੋਇਆ, ਉਹ ਕਹਿੰਦੀ ਮੇਰੇ ਵੀ ਪੰਜਾਬ ਪੁਲਿਸ ਵਾਲਿਆਂ ਨੇ ਇੱਥੇ ਡੰਡੇ ਮਾਰੇ ਨੇ, ਉਹ ਵੀ ਆਪਣੇ ਜ਼ਖਮ ਦਿਖਾ ਰਹੀ ਸੀ। ਹਰਵਿੰਦਰ ਜੀ, ਜਦੋਂ ਇਹ ਸਾਰਾ ਕੁਛ ਤੁਹਾਨੂੰ ਪਤਾ ਸੀ ਤਾਂ ਤੁਸੀਂ ਐਸਡੀਐਮ ਮੈਡਮ ਨੂੰ ਫੁਟੇਜ ਨਹੀਂ ਦਿਖਾਈ ਕਿ ਆਹ ਦੇਖੋ ਫੁਟੇਜ ਕੀ, ਉਹ ਝੂਠ ਬੋਲ ਰਹੇ ਨੇ? ਹਾਂਜੀ, ਐਸਡੀਐਮ ਮੈਡਮ ਨਾਲ ਮੇਰੀ ਫੁਟੇਜ ਨਹੀਂ ਦਿਖਾਈ ਜੀ, ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਪਹਿਲਾਂ ਮੈਂ ਉਹਨਾਂ ਦੇ ਆਫਿਸ ਗਿਆ ਸੀ, ਆਫਿਸ ਉਪਲਬਧ ਨਹੀਂ ਸੀ, ਤੇ ਹੁਣ ਵਿਸਤਾਰ ਨਾਲ ਫੋਨ ਤੇ ਗੱਲ ਹੋਈ ਹੈ, ਉਹ ਕਹਿੰਦੇ ਨੇ ਵੀ ਉਹ ਲੋਕ ਝੂਠ ਬੋਲ ਰਹੇ ਨੇ। ਬਹੁਤ ਬਹੁਤ ਮਿਹਰਬਾਨੀ ਹਰਵਿੰਦਰ ਜੀ। ਦੋਸਤੋ, ਇੱਕ ਵਾਰੀ ਫਿਰ ਦੱਸਦੇ ਹਾਂ ਕਿ ਉਹ ਗਰੀਬ ਲੋਕ ਜਿਹੜੇ ਰੋਜ਼ ਮੰਗ ਕੇ ਖਾਂਦੇ ਨੇ, ਜਿਨ੍ਹਾਂ ਦੇ ਬੱਚੇ ਉਹਨਾਂ ਦੀ ਰੋਜ਼ੀ ਰੋਟੀ ਸਿਰਫ ਤਾਂ ਸਿਰਫ ਲੋਕਾਂ ਦੇ ਅੱਗੇ ਹੱਥ ਅੱਡ ਕੇ ਭੀਖ ਮੰਗਣਾ ਹੈ, ਔਰ ਇੱਕ ਸ਼੍ਰੀ ਰਾਮ ਕੁਸ਼ਟ ਆਸ਼ਰਮ ਦੇ ਵਿੱਚ ਉਹ ਆਪਣੀ ਜ਼ਿੰਦਗੀ ਬਸਰ ਕਰ ਰਹੇ ਸਨ, ਔਰ ਅਚਾਨਕ ਪ੍ਰਸ਼ਾਸਨ ਦਾ ਪੀੜਾ ਪੰਜਾ ਆਉਂਦਾ ਹੈ ਔਰ ਉਹਨਾਂ ਦੇ ਆਸ਼ਿਆਨੇ ਨੂੰ ਬਿਲਕੁਲ ਟੈ ਢੇਰੀ ਕਰ ਦਿੰਦਾ। ਹਾਲਾਂਕਿ ਮੈਡਮ ਤਾਂ ਕਹਿ ਰਹੇ, ਇਹਨਾਂ ਨੂੰ ਨੋਟਿਸ ਦਿੱਤਾ ਗਿਆ, ਉਹ ਕਹਿ ਰਹੇ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ, ਇਹ ਵੀ ਦੱਸਿਆ ਗਿਆ ਕਿ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ, ਪਰ ਮੈਡਮ ਵੱਲੋਂ ਇਸ ਨੂੰ ਵੀ ਇਗਨੋਰ ਕੀਤਾ ਗਿਆ ਕਿ ਉਹਨਾਂ ਨਾਲ ਕੁੱਟਮਾਰ ਨਹੀਂ ਕੀਤੀ ਗਈ। ਕੁਛ ਕੁ ਤਸਵੀਰਾਂ ਜੋ ਕੈਮਰੇ ਦੇ ਵਿੱਚ ਕੈਦ ਨੇ ਹਰਵਿੰਦਰ ਸਿੰਘ ਜੀ ਨੇ ਕੀਤੀਆਂ, ਤੁਸੀਂ ਉਹ ਵੀ ਦੇਖੋ, ਔਰ ਮੋਬਾਈਲ 'ਤੇ ਹੋਈ, ਫੋਨ 'ਤੇ ਹੋਈ ਗੱਲਬਾਤ ਵੀ ਤੁਸੀਂ ਐਸਡੀਐਮ ਮੈਡਮ ਦੇ ਨਾਲ ਸੁਣ ਸਕਦੇ ਹੋ। ਕਿਸ ਤਰ੍ਹਾਂ ਢਾਇਆ ਮਕਾਨ ਇਹਨਾਂ ਨੇ? ਅਸੀਂ ਪ੍ਰਸ਼ਾਸਨ ਨੂੰ ਵੀ ਪਤਾ ਕਿ ਇਹ 3 ਸਾਲਾਂ ਤੋਂ ਇਹ ਪ੍ਰੋਜੈਕਟ ਸ਼ੁਰੂ ਹੋਣਾ ਸੀਗਾ ਜੀ। ਅਸੀਂ 3 ਸਾਲਾਂ ਤੋਂ ਇਹ ਪ੍ਰੋਜੈਕਟ ਵਿੱਚ ਅਸੀਂ ਮੰਗ ਕੀਤੀ ਸੀ ਕਿ ਬੀਬੀਐਮਬੀ ਦੇ ਅੰਡਰ ਜਿਹੜੀ ਲੀਜ਼ ਦੀ ਜ਼ਮੀਨ ਆਉਂਦੀ ਹੈ, ਭਾਖੜਾ ਬੋਰਡ ਮੈਨੇਜਮੈਂਟ ਦੇ ਅੰਡਰ, ਹਾਂਜੀ ਜੀ, ਤਾਂ ਉਹ ਸਾਨੂੰ ਜ਼ਮੀਨ ਦੇਵੇ, ਉਹ ਜਿਹੜੀ ਦੇ ਰਹੀ ਹੈ, ਪਰ ਸਾਡੀ ਗੱਲ ਇਹ ਸੀ ਕਿ ਅਸੀਂ ਕਹਿੰਦੇ ਥੇ ਕਿ ਉਹ ਸਾਨੂੰ ਕਿਸੇ ਚੀਜ਼ ਰਿਟਰਨ ਦੇਵੇ ਜੀ, ਪਰ ਉਹ ਸਾਰਾ ਕੰਮ ਉਹ ਮੂੰਹ ਜ਼ਬਾਨੀ ਜਾਂ ਬੋਲ ਕੇ ਹੀ ਕਰਦੇ ਤੇ, ਹੁਣ ਤੱਕ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ ਇਹਦੇ ਪਰ, ਕਿ ਸਾਨੂੰ ਜ਼ਮੀਨ ਦਿੱਤੀ ਗਈ ਹੈ, ਕਿਹੜੀ ਜ਼ਮੀਨ ਅਲੋਟ ਕੀਤੀ ਗਈ ਹੈ, ਕਿਹੜੀ ਨਹੀਂ ਕੀਤੀ ਗਈ ਹੈ। ਸਾਡੀ ਪ੍ਰਸ਼ਾਸਨ ਵੱਲੋਂ ਇਹੀ ਸੀਗੀ, ਪਿਛਲੇ 2 ਸਾਲਾਂ ਤੋਂ ਇਹ ਕੰਮ ਲਟਕਿਆ ਪਿਆ ਤਾ ਕਿ ਫਾਈਲ ਅੱਗੇ ਨਹੀਂ ਪੁਜਾਈ ਜਾਂ ਕੁਛ ਨਹੀਂ ਕੀਤਾ, ਸਾਰਿਆਂ ਨੂੰ ਇਹ ਪਤਾ, ਐਸਡੀਐਮ ਮੈਮ ਨੂੰ, ਡੀਸੀ ਮੈਮ ਨੂੰ, ਚਲੋ ਨਹੀਂ ਹੋਇਆ। ਪਿਛਲੇ 1 ਸਾਲ ਤੋਂ ਅਸੀਂ ਇਹੀ ਡਿਮਾਂਡ ਕਰ ਰਹੇ, ਉਹ ਵਾਰ ਵਾਰ ਕਹਿੰਦੇ ਤੇ ਕਿ PWD ਦੇ ਨੋਟਿਸ ਵੀ ਹੈ, ਇਹ ਨਹੀਂ ਕਹਿੰਦੇ ਕਿ ਨਹੀਂ ਆਈ ਉਹਨਾਂ ਵੱਲੋਂ ਇਨਫੋਰਮੇਸ਼ਨ, ਪਰ ਅਸੀਂ ਉਹਨਾਂ ਨੋਟਿਸਾਂ ਦਾ ਰਿਪਲਾਈ ਵੀ ਦਿੱਤਾ ਹੈ ਕਿ ਅਸੀਂ ਜਗ੍ਹਾ ਖਾਲੀ। ਹੁਣ ਜਦੋਂ ਇਹ ਮਕਾਨ ਢਾਏ ਗਏ ਨੇ, ਤੁਹਾਨੂੰ ਉਹਨਾਂ ਤੋਂ ਪਹਿਲਾਂ ਕੋਈ ਸੂਚਨਾ ਦਿੱਤੀ ਗਈ ਵੀ ਤੁਹਾਡੇ ਅਸੀਂ ਮਕਾਨ ਕਰਾ ਰਹੇ ਜਾਂ ਅਚਾਨਕ ਹੀ ਦੇ ਸਕਦੇ? ਨਹੀਂ, ਇਸੇ ਕਾਰਵਾਈ ਦੀ ਅਸੀਂ ਨਿੰਦਾ ਕਰਦੇ ਹਾਂ, ਕਿਉਂਕਿ ਜਿਸ ਦਿਨ ਇਹ ਕਾਰਵਾਈ ਕੀਤੀ ਗਈ ਉਸੇ ਦਿਨ ਸਾਨੂੰ ਅਲੋਟਮੈਂਟ ਦਾ ਕਾਗਜ਼ ਦਿੱਤਾ ਗਿਆ, ਨਾਲੇ ਸਾਨੂੰ ਏਦਾਂ ਕੈਦੀ ਬਣਾਇਆ ਤਾ ਜਿੱਦਾਂ ਅੰਦਰ ਬੂੜੇ ਬਜ਼ੁਰਗ ਰੋਗੀ ਵਗੈਰਾ ਨਹੀਂ ਰਹਿੰਦੇ, ਜਿੱਦਾਂ ਆਤੰਕਵਾਦੀ ਰਹਿੰਦੇ ਆ, ਉਸ ਤਰ੍ਹਾਂ ਸਾਡੇ ਮਤਲਬ ਐਸਡੀਐਮ ਦੀ ਮੌਜੂਦਗੀ ਵਿੱਚ ਉਹਨਾਂ ਨੇ ਏਦਾਂ ਦਾ ਕੰਮ ਕੀਤਾ, ਸਾਨੂੰ ਉਹਦਾ ਅਫਸੋਸ। ਠੀਕ ਹੈ, ਕਈ ਲੋਕਾਂ ਦੀਆਂ ਮੈਂ ਲੱਤਾਂ ਟੁੱਟੀਆਂ ਦੇਖੀਆਂ ਨੇ, ਕਈ ਲੋਕਾਂ ਨੇ ਆਪਣੀਆਂ ਸੱਟਾਂ ਦਿਖਾਈਆਂ ਨੇ ਵੀ ਸਾਡੇ ਸੱਟਾਂ ਵੱਜੀਆਂ ਨੇ। ਮੇਰੀ ਪ੍ਰਸ਼ਾਸਨ ਤੋਂ ਬੇਨਤੀ ਹੈ, ਹਾਂਜੀ, ਆਪਾਂ ਪ੍ਰਸ਼ਾਸਨ ਤੋਂ ਹੁਣ ਕੀ ਚਾਹੁੰਦੇ ਹਾਂ? ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਵੀ ਇਹੀ ਚਾਹੁੰਦੇ ਸੀ ਕਿ ਜਿਹੜਾ ਕੰਮ ਅਸੀਂ ਪਹਿਲਾਂ ਦਾ ਕਹਿ ਰਹੇ ਉਹ ਕੰਮ ਪਹਿਲਾਂ ਹੋ ਸਕਦਾ ਤਾਂ ਆਰਾਮ ਨਾਲ, ਤੁਸੀਂ ਐਵੇਂ ਧੱਕੇ ਨਾਲ ਉਹ ਕੰਮ ਕਰਾਇਆ, ਤਾਂ ਹੁਣ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਹੁਣ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ 3 ਮਹੀਨੇ 'ਚ ਨਵੇਂ ਕੁਆਟਰ ਬਣ ਜਾਣਗੇ ਜਿੱਥੇ ਜ਼ਮੀਨ ਦਿੱਤੀ ਵੀ ਹੈ, ਤਾਂ ਆਪਾਂ ਚਾਹੁੰਦੇ ਹਾਂ ਕਿ ਉਹ ਆਸ਼ਵਾਸਨ ਨੂੰ ਉਹ ਜਲਦ ਤੋਂ ਜਲਦ ਪੂਰਾ ਕਰਨ। ਠੀਕ ਹੈ ਜੀ, ਬੇਸਹਾਰਾ ਲੋਕ ਬਿਨਾਂ ਛੱਤ ਤੋਂ, ਬਿਨਾਂ ਪਾਣੀ ਤੋਂ, ਬਿਨਾਂ ਅੰਨ ਤੋਂ ਮੰਗਣ ਵਾਲੇ ਲੋਕ, ਗਰੀਬ ਲੋਕ, ਜਿਨ੍ਹਾਂ ਦਾ ਕੋਈ ਪਹਿਲਾਂ ਹੀ ਪਰਮਾਤਮਾ ਦੀ ਕਰੋਪੀ ਹੈ, ਇਹਨਾਂ ਦੇ ਪਹਿਲਾਂ ਹੀ ਰੱਬ ਦੇ ਦੁਰਕਾਰੇ ਹੋਏ ਲੋਕ ਨੇ, ਉੱਤੋਂ ਪ੍ਰਸ਼ਾਸਨ ਦੀ ਮਾਰ, ਕਰੋਨਾ ਦੀ ਮਾਰ, ਨੰਗਲ ਸ਼ਹਿਰ ਹੈ ਜਿਸ ਨੂੰ ਕਿ ਕਿਹਾ ਜਾ ਸਕਦਾ ਹੈ ਕਿ ਇਹ ਸਾਰੇ ਹੀ ਪੰਜਾਬ ਨੂੰ, ਦਿੱਲੀ ਨੂੰ, ਹਰਿਆਣਾ ਨੂੰ ਬਿਜਲੀ ਸਪਲਾਈ ਕਰਦਾ ਹੈ, ਪਰ ਮੈਨੂੰ ਅੱਜ ਬੜੇ ਅਫਸੋਸ ਦੇ ਨਾਲ ਇੱਥੇ ਮੈਂ ਖੜ੍ਹਾ ਹਾਂ, ਦੇਖ ਰਹੇ ਹੋ ਇਹਨਾਂ ਲੋਕਾਂ ਦੀ ਹਾਲਤ, ਕਿਸੇ ਦੇ ਪੈਰਾਂ ਵਿੱਚ ਚੱਪਲ ਨਹੀਂ, ਕਿਸੇ ਨੂੰ ਪ੍ਰਸ਼ਾਸਨ ਦੀ ਪੁਲਿਸ ਨੇ ਕੁੱਟਿਆ ਹੈ, ਕੋਈ ਆਪਣੀਆਂ ਸੱਟਾਂ ਦਿਖਾ ਰਿਹਾ ਹੈ, ਉਹ ਇੱਕ ਬਜ਼ੁਰਗ ਬੈਠੇ ਸੀ, ਉਹਨਾਂ ਦੀਆਂ ਦੋਨੋਂ ਲੱਤਾਂ ਨਹੀਂ, ਦੋਨੇ ਹੱਥ ਨਹੀਂ, ਮੈਂ ਹੈਰਾਨ ਹੈ ਕਿ ਉਹ ਬਜ਼ੁਰਗ ਕਿੱਥੇ ਜਾਣਗੇ। ਸਾਨੂੰ ਥੋੜ੍ਹਾ ਬਹੁਤਾ ਇਨਸਾਨੀਅਤ ਨੂੰ ਮੁੱਖ ਰੱਖ ਕੇ ਵੀ ਇਹਨਾਂ ਲੋਕਾਂ ਦੇ ਬਾਰੇ ਕਿ ਐਸਡੀਐਮ ਦੀ ਮੌਜੂਦਗੀ ਵਿੱਚ ਉੱਥੇ ਪੁਲਿਸ ਵਾਲਿਆਂ ਨੇ ਲੇਡੀਜ਼, ਬੱਚੇ, ਬਜ਼ੁਰਗ ਸਾਰਿਆਂ ਨੇ ਕੁੱਟਿਆ, ਇੱਥੇ ਤੱਕ ਕਿ ਜੈਂਟਸ ਪੁਲਿਸ ਨੇ ਲੇਡੀਜ਼ ਉੱਪਰ ਹੱਥ ਚੁੱਕਿਆ ਹੋਇਆ, ਉਹ ਕਿੱਥੇ ਸਹੀ ਹੈ? ਮੈਂ ਅੱਜ ਪਹੁੰਚਿਆ ਹਾਂ ਰੋਪੜ ਜ਼ਿਲ੍ਹੇ ਦੇ ਨੰਗਲ ਸ਼ਹਿਰ ਦੇ ਵਿੱਚ, ਜਿਸਦੇ ਬਾਰੇ ਮਸ਼ਹੂਰ ਹੈ ਕਿ ਇਹ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਤੱਕ ਬਿਜਲੀ ਸਪਲਾਈ ਕਰਦਾ ਹੈ, ਪੰਜਾਬ ਦਾ ਦਿਲ ਹੈ, ਇੱਥੇ ਹੀ ਭਾਖੜਾ ਨੰਗਲ ਥੋੜ੍ਹੀ ਦੂਰ ਡੈਮ ਹੈ ਜਿੱਥੋਂ ਸਾਰੇ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਬੜੇ ਇੱਕ ਅਫਸੋਸ ਵਾਲੀ ਗੱਲ ਹੋਈ ਹੈ, ਦਿਖਾਇਓ ਜਰਾ ਪਿਕਚਰ, ਦਿਖਾਇਓ ਕੈਮਰਾਮੈਨ। ਇਹ ਹੈ ਸ਼੍ਰੀ ਰਾਮ ਕੁਸ਼ਟ ਆਸ਼ਰਮ, ਇਹ ਉਹ ਆਸ਼ਰਮ ਹੈ ਜੋ PWD ਦੇ ਅਧਿਕਾਰੀਆਂ ਨੇ ਇਹਨਾਂ ਲੋਕਾਂ ਨੂੰ ਬਿਨਾਂ ਕੋਈ ਸੂਚਨਾ ਦਿੱਤੇ ਢਾ ਦਿੱਤਾ ਹੈ। ਬਹੁਤ ਮੈਂ ਦਿਖਾ ਰਿਹਾ ਹਾਂ, ਇਹ ਲੋਕ
ਪੁਸ਼ਟ ਥੋੜ੍ਹੀ ਕਿਸਮ ਦੇ ਜਿਨ੍ਹਾਂ ਦਾ ਕੋਈ ਪਹਿਲਾਂ ਹੀ ਲੋਕ ਤੰਗ ਨੇ ਜ਼ਿੰਦਗੀ ਤੋਂ ਦਿਖਾ ਦਿਓ ਇੱਧਰ ਜਿਹੜਾ ਸਾਰੇ ਇਹ ਲੋਕ ਪਹਿਲਾਂ ਹੀ ਜ਼ਿੰਦਗੀ ਤੋਂ ਆਵਾਜਾਜ ਨੇ ਸਾਨੂੰ ਪਿੰਡ ਦਾ ਕੋਈ ਸਾਧਨ ਨਹੀਂ ਪਹਿਲਾਂ ਹੀ ਘਰਾਂ ਤੋਂ ਕੱਢੇ ਹੋਏ ਨੇ ਹੱਥ ਪੈਰ ਕਿਸੇ ਦੇ ਖਰਾਬ ਨਹੀਂ ਕੋਈ ਥੋੜ੍ਹੀ ਜਾਂ ਮੰਗ ਕੇ ਖਾਣ ਵਾਲੇ ਲੋਕ ਕੋਈ ਇਹਨਾਂ ਨੂੰ ਦਾਨ ਦੇ ਜਾਂਦਾ ਸੀ ਇੱਕ ਕਹਿਰ ਭਰੀ ਗੱਲ ਹੈ ਕਿ ਕਰੋਨਾ ਦੇ ਕਹਿਰ ਉੱਤੋਂ ਸੰਸਾਰ ਇੱਧਰ ਘਰ ਇੱਧਰ ਜੇ ਸੁਣਨਾ ਹੁੰਦਾ ਜਿ ਉੱਤੋਂ ਇਹਨਾਂ 'ਤੇ ਪ੍ਰਸ਼ਾਸਨ ਦੀ ਮਾਰ ਜੋ ਸੜਕ ਬਣਾਉਣ ਵਾਲਾ ਮਹਿਕਮਾ ਹੈ PWD ਉਹਨਾਂ ਨੇ ਕੋਈ ਬਿਨਾਂ ਸੂਚਨਾ ਦਿੱਤੇ ਇਹ ਸਾਰਾ ਕੁਛ ਗਿਰਾ ਦਿੱਤਾ ਹੈ ਦਿਖਾ ਦਿਓ ਹੁਣ ਵੀ JCB ਮਸ਼ੀਨਾਂ ਚੱਲ ਰਹੀਆਂ ਨੇ ਉੱਧਰ ਦਿਖਾ ਦਿਓ JCB ਮਸ਼ੀਨ ਪੂਰੀ ਤਰ੍ਹਾਂ ਢਹਿ ਢੇਰੀ ਕੀਤਾ ਗਿਆ ਇਹ ਆਸ਼ਰਮ ਦੇਖਿਆ ਜਾ ਸਕਦਾ ਹੈ ਹੁਣ ਵੀ ਇਸ ਆਸ਼ਰਮ ਦੇ ਵਿੱਚ ਕੁਛ ਇਸ ਆਸ਼ਰਮ ਦੇ ਮੁਲਾਜ਼ਮ ਬੈਠੇ ਨੇ ਮੈਂ ਇਹਨਾਂ ਨਾਲ ਗੱਲ ਕਰ ਲੈਂਦਾ ਕਿਉਂਕਿ ਕੋਈ ਕਿਸਮ ਦੇ ਬੰਦੇ ਨੇ ਜਿਨ੍ਹਾਂ ਦਾ ਕੋਈ ਜਿਹੇ ਸਾਰਾ ਹੁੰਦਾ ਜੀ ਹਾਂਜੀ ਜਿਹੜਾ ਆਪਾਂ ਨੇ ਇਹ ਆਪਾਂ ਕੰਮ ਕਰ ਰਹੇ ਹਾਂ ਜਿਹੜਾ ਇਹ ਆਸ਼ਰਮ ਢਾਇਆ ਗਿਆ ਹੈ ਇਹ PWD ਦੇ ਹੁਕਮਾਂ ਨਾਲ ਢਾਇਆ ਗਿਆ ਕੀ ਇਹਦੇ ਬਾਰੇ ਕੁਛ ਕਹਿਣਾ ਚਾਹੁੰਦੇ ਆਪਾਂ ਇੱਥੇ ਕੰਮ ਕਰਾ ਰਹੇ ਹਾਂ ਠੀਕ ਹੈ ਇਹ ਗੱਲ ਇਹ ਕਹਿ ਰਹੇ ਨੇ ਵੀ ਸਾਰੀ ਗੱਲ ਜਿਹੜੀ ਹੈ ਓਪਰੇਟਰ ਨੂੰ ਪਤਾ ਹੋਏਗੀ ਤੁਸੀਂ ਫੜ ਲਓਗੇ ਜਿਹੜਾ ਕੈਮਰਾ ਅਤੇ ਕਹਿੰਦੇ ਨੇ ਵੀ ਸਾਰੀ ਗੱਲ ਓਪਰੇਟਰ ਕਰ ਸਕਦਾ ਮੈਂ ਇਹਨਾਂ ਲੋਕਾਂ ਦੇ ਜਿਹੜੇ ਘਰ ਤੋੜੇ ਗਏ ਨੇ ਮੈਂ ਦਿਖਾ ਰਿਹਾ ਦਿਖਾਉਂਦੇ ਰਹੋ ਮੇਰੇ ਨਾਲ ਕੈਮਰਾਮੈਨ ਮੇਰੇ ਨਾਲ ਥੋੜ੍ਹੀ ਦਿੱਕਤ ਸੀ ਅਸੀਂ ਕਿਸੇ ਨੂੰ ਨਾਲ ਲੈ ਕੇ ਆਏ ਹਾਂ ਇਹ ਬਜ਼ੁਰਗ ਬੈਠੇ ਨੇ ਦਿਖਾ ਦਿਓ ਜ਼ਰਾ ਇਹਨਾਂ ਦਾ ਕੋਈ ਸਹਾਰਾ ਨਹੀਂ ਹੈ ਦੋਹੇ ਲੱਤਾਂ ਤੋਂ ਆਵਾਜਾਰ ਨੇ ਦੋਹੇ ਇਹਨਾਂ ਦੀਆਂ ਬਾਹਾਂ ਨੇ ਬੋਲ ਸਕਦੇ ਹੋ ਬਜ਼ੁਰਗੋ ਕਹਿਰ ਸਾਈਂ ਦਾ ਕਹਿਰ ਸਾਈਂ ਦਾ ਇਹੋ ਜਿਹੀਆਂ ਗੌਰਮੈਂਟਾਂ ਹੀ ਜਿਹੀਆਂ ਸਰਕਾਰਾਂ 'ਤੇ ਵੀ ਸਾਨੂੰ ਅੱਜ ਅਫਸੋਸ ਪ੍ਰਗਟ ਹੋ ਰਿਹਾ ਹੈ ਬਜ਼ੁਰਗ ਨੇ ਨਾ ਇਹਨਾਂ ਦੀਆਂ ਲੱਤਾਂ ਨੇ ਨਾ ਦੋ ਬਾਹਾਂ ਨੇ ਘਰ ਤੋਂ ਪਹਿਲਾਂ ਹੀ ਬੇਘਰ ਸਨ ਹੁਣ ਜਿਹੜੇ ਮਾੜੇ ਮੋਟੇ ਰਹਿਣ ਦਾ ਟਿਕਾਣਾ ਸੀ ਦੇਖੋ ਬਜ਼ੁਰਗ ਰੋ ਰਹੇ ਨੇ ਬਹੁਤ ਅਫਸੋਸ ਵਾਲੀ ਗੱਲ ਹੈ ਕੋਈ ਗੱਲ ਨਹੀਂ ਬਜ਼ੁਰਗੋ ਕੋਈ ਗੱਲ ਨਹੀਂ ਬੋਲ ਨਹੀਂ ਸਕਦੇ ਬਜ਼ੁਰਗ ਬਹੁਤ ਹੀ ਕਹਿਰ ਵਾਲੀ ਗੱਲ ਹੈ ਮੈਨੂੰ ਅੱਜ ਨੰਗਲ ਪਹੁੰਚਣਾ ਪਿਆ ਏਵਨ ਪੰਜਾਬੀ ਦੀ ਟੀਮ ਦੇ ਨਾਲ ਸਾਤੋਂ ਰੋਪੜ ਤੋਂ ਵੀ 60-70 ਕਿਲੋਮੀਟਰ ਦੀ ਦੂਰੀ 'ਤੇ ਸਾਰੇ ਪੰਜਾਬ ਨੂੰ ਹਰਿਆਣੇ ਹਿਮਾਚਲ ਨੂੰ ਬਿਜਲੀ ਸਪਲਾਈ ਕਰਨ ਵਾਲਾ ਸ਼ਹਿਰ ਇਹ ਸਾਰੇ ਵੀਰ ਨੇ ਦੇਖਿਆ ਜਾ ਸਕਦਾ ਮਾਤਾ ਜੀ ਖੜ੍ਹੇ ਨੇ ਦਿਖਾ ਦਿਓ ਜਰਾ ਇੱਧਰ ਇੱਧਰ ਦਿਖਾ ਦਿਆ ਕਰੋ ਜਿੱਥੇ ਮੈਂ ਗੱਲ ਕਰਦਾ ਹਾਂਜੀ ਕੁਛ ਕਹਿਣਾ ਚਾਹੁੰਦੇ ਹੋ ਆਪਾਂ ਲਾਠੀ ਚਾਰਜ ਕੀਤਾ ਹੈ ਇਹਨਾਂ ਤੇ ਅੰਨੇ ਵਾਹ ਬੋਲ ਵੀ ਨਹੀਂ ਸਕਦੇ ਬਹੁਤ ਆਵਾਜ਼ਾਰ ਨੇ ਖਾਣ ਪੀਣ ਤੋਂ ਆਵਾਜ਼ਾਰ ਨੇ ਵੈਸੇ ਹੀ ਪਰਮਾਤਮਾ ਨੇ ਇਹਨਾਂ ਨੂੰ ਇੰਨਾ ਕੁ ਟਿਕਾਣੇ ਰੱਖਿਆ ਹੋਇਆ ਪਰਮਾਤਮਾ ਦੀ ਪਹਿਲਾਂ ਹੀ ਇਹਨਾਂ 'ਤੇ ਕਰੋਪੀ ਹੈ ਬਹੁਤ ਅਫਸੋਸ ਵਾਲੀ ਗੱਲ ਹੈ ਮੈਨੂੰ ਇਹਨਾਂ ਲੋਕਾਂ ਵਿੱਚ ਖੜ ਕੇ ਅੱਜ ਇੱਕ ਪਰਮਾਤਮਾ ਦੀ ਯਾਦ ਆ ਰਹੀ ਹੈ ਹਾਂਜੀ ਇਹ ਲੋਕ ਨੇ ਸਾਰੇ ਦਿਖਾ ਦਿਓ ਸਾਰਿਆਂ ਨੂੰ ਦਿਖਾ ਦਿਓ ਕੈਮਰਾਮੈਨ ਨੇ ਸਾਰਿਆਂ ਦੀ ਫੋਟੋ ਦਿਖਾ ਦਿਓ ਇਹ ਸਾਰੇ ਲੋਕ ਖੜ੍ਹੇ ਨੇ ਹਾਂਜੀ ਆਪਾਂ ਨੂੰ ਕੀ ਹੈ ਕੀ ਕਿਹਾ ਸੀ ਪ੍ਰਸ਼ਾਸਨ ਨੇ ਕੋਈ ਗੱਲ ਕੀਤੀ ਸੀ ਵੀ ਤੁਸੀਂ ਘਰ ਛੱਡ ਕੇ ਆਪਣੇ ਚਲੇ ਜਾਓ ਐਸਾ ਕੁਛ ਬੋਲਿਆ ਥਾ ਅੱਛਾ ਜੀ ਅਤਿਆਚਾਰ ਕੇ ਸ਼ਿਕਾਰ ਹੈ ਜੇ ਦਿਖਾਇਆ ਜਾ ਸਕਦਾ ਇਨ ਲੋਕੋ ਕੇ ਟਾਂਗੇ ਯੇ ਦੇਖੋ ਕਹਿਰ ਪ੍ਰਸ਼ਾਸਨ ਕਾ ਯੇ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਸਾਡੇ ਲਈ ਇਹ ਪਹਿਲਾਂ ਜ਼ਿੰਦਗੀ ਤੋਂ ਆਵਾਜਾਰ ਲੋਕ ਨੇ ਇਹਨਾਂ ਲੋਕਾਂ ਨੂੰ ਪਹਿਲਾਂ ਰੋਟੀ ਲਈ ਮੰਗਣਾ ਪੈਂਦਾ ਹੈ ਕੋਈ ਬੱਸ ਸਟੈਂਡ 'ਤੇ ਬਹਿੰਦਾ ਹੈ ਕੋਈ ਕਿਤੇ ਜਾ ਕੇ ਬਹਿੰਦਾ ਹੈ ਫਿਰ ਪੁਲਿਸ ਨੇ ਤਸ਼ੱਦਰ ਕੀਤਾ ਹੈ ਹੁਣ ਇਹ ਘਰਾਂ ਤੋਂ ਬਾਹਰ ਬੈਠੇ ਨੇ ਖਾਣ ਪੀਣ ਦਾ ਇਹਨਾਂ ਨੂੰ ਦਿਖਾ ਦਿਓ ਇੱਧਰ ਖਾਣ ਪੀਣ ਦਾ ਕੋਈ ਸਾਧਨ ਨਹੀਂ ਇੱਥੇ ਬਾਹਰ ਬੈਠਦੇ ਉਹ ਮੈਂ ਇੱਕ ਪਹਿਲਾਂ ਬਜ਼ੁਰਗ ਜਿਹਾ ਆਇਆ ਸੀ ਬਿਲਕੁਲ ਦੋਵੇਂ ਲੱਤਾਂ ਨਹੀਂ ਡੰਡਾ ਮਾਰਾ ਹੈ ਅਤੇ ਥੋੜ੍ਹਾ ਬਹੁਤਾ ਸਾਨੂੰ ਰੱਬ ਤੋਂ ਡਰਨਾ ਚਾਹੀਦਾ ਹੈ ਡੰਡਾ ਇਹ ਕਹਿੰਦੇ ਨੇ ਸਾਡੇ ਵੀ ਡੰਡਾ ਮਜਾ ਰਿਹਾ ਬਜ਼ੁਰਗ ਹਾਂਜੀ ਹਾਂ ਇਨਕਾ ਇਹ ਕਹਤੇ ਜੇ ਤੋੜ ਦਿਆ ਹੈ ਇਹਨਾਂ ਨੇ ਪੁਲਿਸ ਵਾਲੋਂ ਕੋ ਵੀ ਥੋੜ੍ਹਾ ਇਨਸਾਨੀਅਤ ਨਾਂ ਦੀ ਚੀਜ਼ ਤਾਂ ਮੈਂ ਨੰਗਲ ਪਹੁੰਚਣਾ ਪਿਆ ਮੈਨੂੰ ਕਿਉਂਕਿ ਦਿਲ ਨੂੰ ਝੰਝੋੜਨ ਵਾਲੀ ਖਬਰ ਹੈ ਸਾਰੇ ਕੋੜੀ ਨੇ ਪੁਸ਼ਟ ਆਸ਼ਰਮ ਹੈ ਇਹ ਨੰਗਲ ਦਾ ਭਾਖੜਾ ਬੋਰਡ ਮੈਨੇਜਮੈਂਟ ਤੋਂ ਥੋੜ੍ਹੀ ਦੂਰ ਦੂਰ ਇੱਥੇ ਥੋੜ੍ਹੀ ਦੂਰ ਹੀ ਭਾਖੜਾ ਨੰਗਲ ਦਾ ਡੈਮ ਹੈ ਗੋਬਿੰਦ ਸਾਗਰ ਝੀਲ ਹੈ ਮੈਂ ਉੱਥੇ ਪਹੁੰਚਿਆ ਇੱਕ ਦਿਲ ਨੂੰ ਝੰਝੋੜਨ ਵਾਲੀ ਘਟਨਾ ਹੈ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ
कि इन्हां लोकां दे जो है रहण दा इन्हां लोकां दे खाण पीण दा इंतजाम किया जाए ਤਾਂ ਕਿ ਇਹ ਲੋਕ ਜਿਸ ਤਰ੍ਹਾਂ ਪਹਿਲਾਂ ਜ਼ਿੰਦਗੀ ਜਿਉਂਦੇ ਸੀ ਕਿਉਂਕਿ ਮਕਾਨ ਤਾਂ ਹੁਣ ਰਹੇ ਨਹੀਂ ਕੁਛ ਲੋਕ ਇਹਨਾਂ ਨੇ ਮੈਨੂੰ ਦੱਸਿਆ ਹੈ ਸਕੂਲ ਵਿੱਚ ਬੈਠੇ ਨੇ ਮੈਂ ਉਹਨਾਂ ਕੋਲ ਜਾਵਾਂਗਾ ਇਹਨਾਂ ਦੇ ਕੋਲ ਹੁਣ ਸਿਰ ਤੋਂ ਵੀ ਛੱਤ ਨਹੀਂ ਰਹੀ ਖਾਣ ਲਈ ਤਾਂ ਪਹਿਲਾਂ ਹੀ ਆਵਾਜ਼ਾਰ ਸੀ ਮੰਗ ਕੇ ਖਾਂਦੇ ਸੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਜ਼ਿਲ੍ਹਾ ਰੋਪੜ ਦਾ ਸ਼ਹਿਰ ਹੈ ਨੰਗਲ ਭਾਖੜਾ ਬੋਰਡ ਮੈਨੇਜਮੈਂਟ ਇੱਥੇ ਭਾਖੜਾ ਨੰਗਲ ਹੈ ਗੋਬਿੰਦ ਸਾਗਰ ਝੀਲ ਹੈ ਮੈਂ ਬਹੁਤ ਅੱਜ ਅਫਸੋਸ ਦੇ ਨਾਲ ਇਹਨਾਂ ਲੋਕਾਂ ਦੇ ਵਿੱਚ ਵਿਚਰ ਰਿਹਾ ਮੈਨੂੰ ਵੀ ਅੱਜ ਇੱਕ ਕਿਸਮ ਦਾ ਰੋਣ ਵਾਲਾ ਹੀ ਕੰਮ ਹੈ ਕਿਉਂਕਿ ਜੇ ਅਸੀਂ ਇਹਨਾਂ ਲੋਕਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਸਾਨੂੰ ਕੋਈ ਹੱਕ ਨਹੀਂ ਇਹਨਾਂ ਲੋਕਾਂ ਨੂੰ ਉਜਾੜਨ ਦਾ ਅਸੀਂ ਪੱਲਿਓਂ ਕੁਝ ਕਰ ਨਹੀਂ ਸਕਦੇ ਉਜਾੜਨ ਲਈ ਅਸੀਂ ਸ਼ੇਰ ਹਾਂ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਕੁਝ ਸੋਚਣਾ ਚਾਹੀਦਾ ਹੈ ਮੈਂ ਇਵਨ ਪੰਜਾਬੀ ਤੋਂ ਗੱਲ ਕਰ ਰਿਹਾ ਹਰਵਿੰਦਰ ਮੈਡਮ ਸਤਿ ਸ਼੍ਰੀ ਅਕਾਲ ਦੁਬਾਰਾ ਉਹ ਮੈਡਮ ਆਪਾਂ ਨੇ ਜਿਹੜਾ ਉੱਥੇ ਨੰਗਲ ਕੁਸ਼ਟਾ ਆਸ਼ਰਮ ਢਾਇਆ ਸੀ ਉਹਦੇ ਬਾਰੇ ਉਹ ਲੋਕ ਆਏ ਸੀ ਉਹ ਕਹਿ ਰਹੇ ਨੇ ਬਹੁਤ ਜ਼ਿਆਦਤੀ ਕਰੀ ਇਹਦੇ ਬਾਰੇ ਕੁਛ ਜੀ ਕੀ ਸੀ ਇਹ ਮਸਲਾ ਤੁਸੀਂ ਕਿਹੜੇ ਨਿਊਜ਼ਪੇਪਰ ਤੋਂ ਮੈਂ ਇਹ ਮਨ ਪੰਜਾਬੀ ਤੋਂ ਕਰ ਰਿਹਾ ਜੀ ਟੀਵੀ ਤੋਂ ਅੱਛਾ ਅੱਛਾ ਹਾਂਜੀ ਹਾਂਜੀ ਇਹ ਤਾਂ ਹੁਣ ਕਾਫੀ ਹੱਦ ਤੱਕ ਸੌਟ ਆਊਟ ਵੀ ਹੋ ਗਿਆ ਮਸਲਾ ਹਾਂਜੀ ਹਾਂਜੀ ਕੀ ਸੀ ਮਸਲਾ ਜੀ ਉਹ ਕਹਿ ਰਹੇ ਸੀ ਵੀ ਇਹ ਸਾਨੂੰ ਕੋਈ ਨੋਟਿਸ ਵਗੈਰਾ ਨਹੀਂ ਦਿੱਤਾ ਸਾਡੇ ਤੇ ਪੁਲਿਸ ਨੇ ਤਸ਼ੱਦਦ ਨਹੀਂ 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 ਨੋਟਿਸ ਵਗੈਰਾ ਬਕਾਇਦਾ ਪੀਡਬਲਿਊਡੀ ਡਿਪਾਰਟਮੈਂਟ ਵੱਲੋਂ ਦੇਖੋ ਕਾਰਵਾਈ ਕਰਾਈ ਗਈ ਹੈ ਜੀ ਜੀ ਇਹ ਲੈਂਡ ਆਲਰੇਡੀ ਬੀਬੀਐਮਬੀ ਨੇ ਹੈਂਡਓਵਰ ਕਰਤੀ ਹੈ ਕਿ ਇਹ ਪੀਡਬਲਿਊਡੀ ਵਾਲਿਆਂ ਨੂੰ ਜੀ ਜੀ ਇਹਨਾਂ ਨੂੰ ਅਸੀਂ ਪਿਛਲੇ 3-4 ਮਹੀਨੇ ਤੋਂ ਅਸੀਂ ਨੋਟਿਸ ਵੀ ਕਰ ਰਹੇ ਸੀ ਰਿਕੁਐਸਟ ਵੀ ਕਰ ਰਹੇ ਸੀਗੇ ਜੀ ਤੁਸੀਂ ਸਾਰਾ ਕੁਝ ਕਰ ਰਹੇ ਸੀਗੇ ਪਰ ਇਹ ਨਾ ਤਾਂ ਪੈਸੇ ਲੈਣ ਨੂੰ ਮੰਨ ਰਹੇ ਸੀਗੇ ਨਾ ਇਹ ਸ਼ਿਫਟ ਹੋਣ ਨੂੰ ਮੰਨ ਰਹੇ ਸੀਗੇ ਜੀ ਤੇ ਪ੍ਰੋਜੈਕਟ ਕਾਫੀ ਮਹੀਨਿਆਂ ਤੋਂ ਹੁਣ ਸਟੈਂਡ ਸਟਿਲ ਸੀਗਾ ਸਾਡੀ ਟੀਮ ਗਈ ਸੀ ਉੱਥੇ ਭਖਾਰੀ ਜੇ ਲੋਕ ਨੇ ਕੋਈ ਲੱਤਾਂ ਦਿਖਾ ਰਿਹਾ ਵੀ ਸਾਡੇ ਤੇ ਪੁਲਿਸ ਨੇ ਸਿਰਦਰ ਕੀਤਾ ਸਾਨੂੰ ਰੋਟੀ ਖਾਧਿਆਂ ਨੂੰ ਦੁੱਧ ਨੂੰ ਜੀ ਖਾਣਾ ਵੀ ਅਸੀਂ ਪ੍ਰੋਵਾਈਡ ਕੀਤਾ ਅਸੀਂ ਰਾਸ਼ਨ ਦੇ ਆਏ ਆ ਹੋਰ ਰਿਕੁਆਇਰਡ ਹੋਊਗਾ 15-20 ਦਿਨ ਬਾਅਦ ਅਸੀਂ ਫਿਰ ਖੇਤ ਤੇ ਆਵਾਂਗੇ ਰੋਜ਼ ਮੇਰਾ ਜਿਹੜਾ ਤਹਿਸੀਲਦਾਰ ਉੱਥੇ ਗੇੜਾ ਮਾਰ ਕੇ ਆਉਂਦਾ ਜੀ ਤੇ ਮਾੜਾ ਮੋਟਾ ਪਾਣੀ ਦੀ ਸਪਲਾਈ ਚ ਦਿੱਕਤ ਕਹਿੰਦੇ ਸੀ ਕੱਲ ਸ਼ਾਮ ਨੂੰ ਉਹ ਵੀ ਕਰਾਤੀ ਹੈ ਜੀ ਐਕਸਟਰਾ ਪਾਣੀ ਦਾ ਟੈਂਕਰ ਵੀ ਭੇਜਦਾ ਹੈ ਜੀ ਜੀ ਵਗੈਰਾ ਸਾਰੀ ਸ਼ੈਡ ਕਹਿੰਦੇ ਸੀ ਐਕਸਟਰਾ ਸ਼ੈਡ ਪ੍ਰੋਵਾਈਡ ਕਰਾ ਦੋ ਸ਼ੈਡ ਵਗੈਰਾ ਵੀ ਸਾਰਾ ਪ੍ਰੋਵਾਈਡ ਕਰਾ ਜੀ ਜੀ ਥੈਂਕ ਯੂ ਸਰ ਹਾਂ ਜੀ ਬਹੁਤ ਮੋਸਟ ਥੈਂਕਸ ਬੋਲਾਂ ਜੀ ਇਹ ਸੀ ਹੁਣ ਤੱਕ ਦੀ ਅਪਡੇਟ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਐਸ ਕੇ ਸਵਾਮੀ ਜੀ ਹਗੌਰੀ ਉਪਾਸ਼ਿਕ ਕਾਰੋਬਾਰ ਵਸ਼ੀਕਰਨ ਸੌਤਨ ਦੁਸ਼ਮਨ ਕੋ ਦਿਨ ਮੇ ਤਾਰੇ ਦਿਖਾਏ ਮੱਛਲੀ ਕੀ ਤਰ੍ਹਾਂ ਤੜਫਾਏ ਹਗੌਰੀ ਇਲਮ ਕੇ ਮਾਹਰ ਮੋਬਾਈਲ ਨੰਬਰ 8968907417 व्हाट्सएप नंबर 9915301758